ਐਸ ਇੰਡੀਪੈਂਡੈਂਟ ਜਿਹੜੇ ਕੌਂਸਲਰ ਆ ਉਹ ਮੋਸ਼ਨ ਲੈ ਕਰ ਆ ਰਹੇ ਆ, ਅਤੇ ਮੋਸ਼ਨ ਆਪਣੇ ਪੰਜਾਬੀ ਸਿੱਖਾਂ ਦੇ ਨਾਲ ਜਿਹੜਾ ਹੋਇਆ ਸੀ ਨਾ ਜੈਨੋਸਾਈਡ 1984 ਵਿੱਚ, ਉਹਦੇ ਬਾਰੇ ਅਸੀਂ ਆਵਾਜ਼ ਉਠਾ ਰਹੇ ਹਾਂ, ਔਰ ਸਾਡੀ ਕੌਂਸਲ ਪਹਿਲੇ ਨੂੰ ਰੈਕਨਾਈਜ਼ ਕਰੇ ਇਹ ਮਸਲਾ, ਇਹ ਕੰਮ ਹੋਇਆ ਸੀ। ਦੂਸਰਾ, ਜਿਹੜੀ ਸਾਡੀ ਗਵਰਨਮੈਂਟ ਹੈਗੀ ਨਾ, ਪ੍ਰਾਈਮ ਮਿਨਿਸਟਰ, ਫੋਰਨ ਸੈਕਟਰੀ, ਡਿਫੈਂਸ ਸੈਕਟਰੀ ਅਤੇ ਐੱਮ ਪੀ, ਉਹਨਾਂ 'ਤੇ ਹੈਗਾ ਵਾ ਤੁਸੀਂ ਇਹ ਕੰਮ ਜਾ ਕੇ ਕਰਨੇ ਹੈਗੇ। ਇਹਦੇ 'ਚ ਚਾਰ ਪੁਆਇੰਟ ਲਿਖੇ ਹੈਗੇ ਮੋਸ਼ਨ ਵਿੱਚ ਜਿਹੜੇ ਉਹਨਾਂ ਕਰਨੇ ਆ। ਇੱਕ ਹੈਗਾ ਉਹਨਾਂ ਜਾ ਕੇ ਇੰਡੀਆ ਗਵਰਨਮੈਂਟ ਨਾਲ ਗੱਲ ਕਰਨੀ ਹੈਗੀ ਇਹਦੇ ਬਾਰੇ, ਰੈਫਰੈਂਡਮ ਦੇ ਬਾਰੇ ਬੋਲਣਾ ਹੈਗਾ, ਜੱਗੀ ਦੇ ਬਾਰੇ ਜਿਹੜਾ ਕੇਸ ਆ ਉੱਥੇ ਬੋਲਣਾ ਹੈਗਾ, ਅਤੇ ਜਿਹੜੀ ਸਾਡੀ ਲੋਕਲ ਸਿੱਖ ਕਮਿਊਨਿਟੀ ਸੀ ਉਹ ਫੀਲ ਕਰਦੇ ਸੀ ਵਾ ਕੋਈ ਸਾਡੀ ਆਵਾਜ਼ ਨਹੀਂ ਅੱਗੇ ਲੈ ਕੇ ਜਾ ਰਿਹਾ। ਹੁਣ ਸਾਡੇ ਕੋਲ ਪਹਿਲਾ ਮੋਸ਼ਨ ਆ ਸਾਡੀ ਇੰਡੀਪੈਂਡੈਂਟ ਗਰੁੱਪ ਦਾ, ਅਸੀਂ ਪਹਿਲਾ ਮੋਸ਼ਨ ਇਹਦੇ 'ਤੇ ਪਾਇਆ ਹੈਗਾ ਬਿਕੋਜ਼ ਅਸੀਂ ਉਹ ਆਵਾਜ਼ ਬਣੇ ਹੈਗੇ। ਸਬੀਨਾ, ਇਹ ਤੁਹਾਨੂੰ ਇੰਟਰਸਟ ਇਸ ਗੱਲ 'ਤੇ ਕਿਉਂ ਆਇਆ ਤੁਸੀਂ ਇਹ ਕਿਤੇ ਮੋਸ਼ਨ ਹੈ ਅੱਗੇ ਲੈ ਕੇ ਜਾਣਾ ਹੈ? ਦਰਅਸਲ ਸਾਡੇ ਕਮਿਊਨਿਟੀ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਦੋ ਬੰਦੇ ਹਨ, ਉਹਦੇ ਵਿੱਚੋਂ ਗੁਰਚਰਨ ਸਿੰਘ ਸਾਹਿਬ ਹਨ, ਸਰਬਜੀਤ ਸਿੰਘ ਹਨ। ਉਹਨਾਂ ਦੋਨਾਂ ਵਿੱਚ ਏਜੰਸੀ ਨੇ ਉਹਨਾਂ ਨੂੰ ਦੱਸਿਆ ਆ ਕਿ ਉਹਨਾਂ ਦੇ ਲਾਈਫ ਥਰੈਟ ਆ। ਲਾਈਫ ਕਿਹਦੇ ਤੋਂ ਥਰੈਟ ਆ? ਫੋਰਨ ਏਜੰਸੀ ਸਾਨੂੰ ਤਾਂ ਇਹੀ ਦੱਸਦੀ ਆ ਕਿ ਸ਼ਾਇਦ ਇੰਡੀਅਨ ਗਵਰਨਮੈਂਟ ਤੋਂ, ਜਿਸ ਤਰ੍ਹਾਂ ਹੁਣ ਹੋਇਆ ਸੀ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਇਹਨਾਂ ਦੇ ਵੀ ਸ਼ਾਇਦ ਇਹਨਾਂ ਦਾ ਕੋਈ ਹਮਲਾ ਹੋਵੇ, ਅਸੈਸੀਨੇਸ਼ਨ ਅਟੈਂਪਟ ਹੋਵੇ। ਇਹਦੇ ਵਿੱਚ ਸਾਨੂੰ ਕੁਛ ਮਹੀਨੇ ਪਹਿਲੇ ਸਾਨੂੰ ਪਤਾ ਲੱਗਾ ਆ, ਅਸੀਂ ਉਸ ਵਕਤ ਲੇਬਰ ਪਾਰਟੀ ਦੇ ਵਿੱਚ ਸਾਂ, ਉਹਦੇ ਵਿੱਚੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਲ ਲੈਵਲ 'ਤੇ ਅਸੀਂ ਅੱਗੇ ਲੈ ਕੇ ਜਾਵਾਂ, ਪਰ ਪ੍ਰੋਬਲਮ ਇਹ ਹੈ ਕਿ ਜਿਹੜਾ ਪਾਰਟੀ ਸਿਸਟਮ ਹੈ ਸਾਨੂੰ ਫਿਰ ਜਦ ਤੱਕ ਸਾਰੇ ਹੁਣ ਅਗਰੀ ਨਾ ਕਰਨ ਅਸੀਂ ਅੱਗੇ ਮੁੱਦਾ ਨਹੀਂ ਲੈ ਕੇ ਜਾ ਸਕਦੇ। ਫਿਰ ਹੁਣ ਅਸੀਂ ਹੁਣ ਆਜ਼ਾਦ ਹੋ ਗਏ ਹਾਂ, ਅਸੀਂ ਇੰਡੀਪੈਂਡੈਂਟ ਹੋ ਕੇ ਅਸੀਂ ਜਿਹੜਾ ਅਸੀਂ ਜਿਹੜੇ ਸਾਡੇ ਆਵਾਮ ਕਹਿੰਦੀ ਅਸੀਂ ਉਹ ਅੱਗੇ ਲਾ ਕੇ ਅਸੀਂ ਉਹ ਸੁਨੇਹਾ ਪਹੁੰਚਣਾ ਵਾ। ਇਹ ਸਾਡੀ ਪਹਿਲਾ ਹੁਣ ਮੌਕਾ ਮਿਲਿਆ ਸਾਨੂੰ, ਅਤੇ ਹੁਣ ਕਿਉਂਕਿ ਇੱਕ ਪਹਿਲੀ ਗੱਲ ਹੈ ਕਿ 40th ਐਨੀਵਰਸਰੀ ਕਮੈਮੋਰੇਟ ਕਰਨਾ ਚਾਹੁੰਦੇ ਹਾਂ, ਅਤੇ ਦੂਜੀ ਗੱਲ ਫਿਰ ਉਹ ਹਿਊਮਨ ਰਾਈਟਸ ਦੀ ਗੱਲ ਆ ਜਾਂਦੀ, ਇਹਦੇ ਵਿੱਚ ਫਿਰ ਕਾਫੀ ਹੋਰ ਵੀ ਗੱਲਾਂ ਹਨ ਜਿਹੜੇ, ਇੱਕ ਤਾਂ ਸਾਡੇ ਜਿਹੜੀ ਹੁਣ ਸੇਫਟੀ ਆ, ਸੋਵਰਨ ਸੇਫਟੀ, ਕਿ ਹੁਣ ਜਿਹੜੇ ਐਕਟਿਵਿਸਟ ਹੈ ਫਰੀਡਮ ਆਫ ਸਪੀਚ, ਉਹਦਾ ਹੁਣ ਇੱਕ ਓਬਵੀਅਸਲੀ ਆਵਾਜ਼ ਉਠਾਉਣ, ਇੱਕ ਅਵੇਅਰਨੈਸ ਅਸੀਂ ਪੈਦਾ ਕਰਾਂ ਕਿ ਸ਼ਾਇਦ ਹੁਣ ਸਾਨੂੰ ਤਾਂ ਇਲਮ ਨਹੀਂ ਸੀ ਕਿ ਇਹ ਯੂਕੇ ਦੇ ਵਿੱਚ ਹੋ ਸਕਦਾ ਜਾਂ ਸ਼ਾਇਦ ਸਲਾਹ ਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ ਆ। ਕਈ ਲੋਕ ਜਿਹੜੇ ਹੁਣ ਸਾਡੇ ਟਾਊਨ ਦੇ ਵਿੱਚ ਉਹਨਾਂ ਨੂੰ ਕੋਈ ਮਾਲੂਮਾਤ ਨਹੀਂ ਕਿ ਇਹ ਗੱਲਾਂ ਹੁੰਦੀਆਂ ਪਈਆਂ। ਸੋ ਤੁਹਾਨੂੰ ਲੱਗਦਾ ਕਾਫੀ ਸਿੱਖ ਹੈਗੇ ਆ ਕਿਤੇ, ਤੁਹਾਨੂੰ ਤੁਸੀਂ ਉਹਨਾਂ ਨੂੰ ਮਿਲੇ ਵੀ ਹੈਗੇ ਆ, ਨਾਲੇ ਉਹ ਕਹਿ ਰਹੇ ਆ ਅਸੀਂ ਅਨਸੇਫ ਫੀਲ ਕਰਦੇ ਹਾਂ ਇਸ ਕੰਟਰੀ ਵਿੱਚ, ਕਾਤੇ ਫੋਰਨ ਇੰਟਰਫੇਰੈਂਸ ਹੈਗੀ ਆ, ਐਂਡ ਸਪੈਸ਼ਲੀ ਕਿਹੜੇ ਕੇਸ ਹੋਇਆ ਲਾਈਕ ਯੂ ਸੈਡ, ਤੁਸੀਂ ਮੈਂਸ਼ਨ ਕੀਤਾ ਅਮੈਰੀਕਾ ਵਿੱਚ ਆਪਣੇ ਪੰਨੂ ਸਾਹਿਬ ਕਿਹੜੇ ਸਿੱਖਸ ਫੋਰ ਜਸਟਿਸ ਦੇ ਲੀਡਰ ਆ, ਉਹਨਾਂ ਦੀ ਲਾਈਫ 'ਤੇ ਨਾਲੇ ਹੁਣ ਬਹੁਤ ਵੱਡਾ ਕੇਸ ਚੱਲਿਆ ਆ ਔਨ ਵਰਲਡ ਸਟੇਜ, ਕਿੱਥੇ ਉਹ ਕਿਹੜਾ ਨਿਕਲ ਗੁਪਤਾ ਆ ਕਿਹੜਾ ਬੰਦਾ ਰਿਸਪੋਂਸੀਬਲ ਸੀਗਾ ਫੋਰ ਦ ਅਸੈਸੀਨੇਸ਼ਨ ਔਫ ਪੰਨੂ ਸਾਹਿਬ, ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਚੈੱਕ ਰਿਪਬਲਿਕ ਟੂ ਅਮੈਰੀਕਾ, ਐਂਡ ਉੱਥੇ ਉਹਨਾਂ ਨੂੰ ਹੁਣ ਟ੍ਰਾਇਲ 'ਤੇ ਉਹਨਾਂ ਨੇ ਲੈ ਕੇ ਜਾਣਾ ਆ। ਇਸ ਚੀਜ਼ਾਂ ਨੂੰ ਤੁਸੀਂ ਦੇਖ ਕੇ, ਐਂਡ ਹਰਦੀਪ ਸਿੰਘ ਨਿੱਜਰ ਦਾ ਵੀ ਕੇਸ ਕਿਹਾ ਹੋਇਆ ਹੈ ਕੈਨੇਡਾ ਵਿੱਚ ਨਾ, ਕਿੱਥੇ ਟਰੂਡੋ ਨੇ ਕਿੰਨੇ ਵੀ ਇੰਡੀਅਨ ਡਿਪਲੋਮੈਟ ਸੀ ਸਾਰੇ ਐਕਸਪੈਲ ਕਰਤੇ ਸੀਗੇ, ਐਂਡ ਉੱਥੇ ਉਹਨਾਂ ਦੀ ਰਿਲੇਸ਼ਨਸ਼ਿਪ ਐਬਸੋਲੂਟਲੀ ਰੂਇਨ ਹੋ ਗਈ ਇਸ ਗੱਲ ਪਿੱਛੇ। ਤੁਹਾਨੂੰ ਲੱਗਦਾ ਹੈ ਕਿ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਹੈ, ਨਾਲੇ ਵਾਈਡਰ ਕਮਿਊਨਿਟੀ ਆ, ਉਹਨਾਂ ਨੂੰ ਐਕਚੁਲੀ ਦੇ ਆਰ ਇਨ ਫੇਅਰ ਆਫ ਦਿਸ ਟਾਈਪ ਆਫ ਅਗਰੈਸ਼ਨ ਫਰੋਮ ਦਾ ਇੰਡੀਅਨ ਸਟੇਟ? ਹਾਂਜੀ ਵੀਰੇ, ਇਹ ਗੱਲ ਤੇਰੀ ਠੀਕ ਹੈਗੀ, ਬਿਕੋਜ਼ ਜਿਹੜੇ ਤੁਸੀਂ ਸੋਚ ਕੇ ਲਿਆਵੋ ਨਾ, ਹੁਣ ਅਸੀਂ ਇਹ ਮੋਸ਼ਨ ਕੀਤਾ ਹੈਗਾ, ਕਿਤਨੇ ਸਾਡੇ ਅੱਗੇ ਬੰਦੇ ਸੀ ਜਿਨ੍ਹਾਂ ਅੱਜ ਤੱਕ ਇਹ ਗੱਲ ਬੋਲੇ ਨਹੀਂ ਹੈਗੇ, 40 ਸਾਲ ਹੋ ਗਏ ਆ। ਹੁਣ ਲਾਸਟ ਵੀਕ ਪਾਰਲੀਮੈਂਟ ਦੇ ਵਿੱਚ
ਅਯੂਬ ਖਾਨ ਇੰਡੀਪੈਂਡੈਂਟ ਐਮ ਪੀ ਸੀ ਬਰਮਿੰਗਹਾਮ ਦਾ, ਉਹਨੇ ਜੱਗੀ ਦੇ ਕੇਸ ਦੇ ਬਾਰੇ ਗੱਲ ਕੀਤੀ ਹੈਗੀ, ਹੁਣ ਬਾਕੀ ਜਿਹੜੇ ਐਮ ਪੀ ਹੈਗੇ ਉਹ ਕਿਉਂ ਨਹੀਂ ਬੋਲ ਰਹੇ, ਹੁਣ ਇੱਥੇ ਲੋਕਲ ਕੌਂਸਲਰ ਹੈਗੇ ਕਿਉਂ ਨਹੀਂ ਆਵਾਜ਼ ਉਠਾ ਰਹੇ, ਬਿਕੋਜ਼ ਉਹਨਾਂ ਨੂੰ ਆਪਣਾ ਜਿਹੜਾ ਕੋਈ ਕਨੈਕਸ਼ਨ ਹੈਗਾ ਜਾਂ ਕੋਈ ਪ੍ਰੈਸ਼ਰ ਹੈਗਾ ਨਾ ਬਾਹਰੋਂ, ਉਹਦੀ ਵਜ੍ਹਾ ਤੋਂ ਤੁਸੀਂ ਦੇਖ ਸਕਦੇ ਹੈਗੇ, ਆਪਣਾ ਅੰਦਾਜ਼ਾ ਲਗਾ ਸਕਦੇ ਹੈਗੇ ਉਹ ਕੋਈ ਵਜ੍ਹਾ ਹੁੰਦੀ ਹੈ, ਉਹ ਬੰਦਾ ਕਿਉਂ ਨਹੀਂ ਬੋਲਦਾ, ਇਹ ਜ਼ੁਲਮ ਹੋ ਰਿਹਾ, ਤੁਸੀਂ ਕਿਸੇ ਦੇ ਖਿਲਾਫ਼ ਨਹੀਂ ਬੋਲ ਰਹੇ, ਤੁਸੀਂ ਇੱਕ ਕੋਜ਼ ਵਾਸਤੇ ਬੋਲ ਰਹੇ ਹੋ, ਇਹ ਜੈਨਾਸਾਈਡ ਹੋਇਆ ਸੀ, ਇਤਨੇ ਬੰਦਿਆਂ ਦੀ ਲਾਈਵਸ ਲੋਸ ਹੋਈਆਂ ਸੀ, ਇਤਨੇ ਬੇਗੁਨਾਹ ਬੰਦੇ ਮਾਰੇ ਗਏ ਸੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ, ਅਤੇ ਉੱਥੇ ਤੁਸੀਂ ਕਿੱਦਾਂ ਆਵਾਜ਼ ਨਹੀਂ ਉਠਾ ਸਕਦੇ? ਸੋ ਇੱਕ ਤਾਂ ਮੋਸ਼ਨ ਆ, ਇਹ ਮੋਸ਼ਨ ਹਿਊਮਨ ਰਾਈਟਸ ਦਾ ਮੋਸ਼ਨ ਆ, ਇਹ ਲੋਕਾਂ ਨੂੰ ਜੋੜਨ ਦਾ ਇੱਕ ਕਿਸਮ ਦਾ ਮੋਸ਼ਨ ਆ, ਕਮਿਊਨਿਟੀ ਮੋਸ਼ਨ ਆ, ਤੁਸੀਂ ਚਾਹੁੰਦੇ ਸਾਰੇ ਇਕੱਠੇ ਹੋਣ, ਸਾਡੇ ਮੁਸਲਮਾਨ ਭਰਾ ਵੀ, ਕ੍ਰਿਸਚਨ ਸਾਰੇ ਕਿੰਨੇ ਵੀ ਕਮਿਊਨਿਟੀ ਹੈ ਇਕੱਠੇ ਹੋਣ ਇਸ ਮੋਸ਼ਨ ਨਾਲ ਜੁੜਨ। ਇਹ ਵੀ ਨਹੀਂ ਇਕੱਲਾ ਮੋਸ਼ਨ ਕਿਹੜਾ ਪੈਲਸਟਾਈਨ ਦਾ, ਕਸ਼ਮੀਰ ਦਾ ਆ, ਉਹ ਵੀ ਅਸੀਂ ਸਾਰੇ ਇਕੱਠੇ ਹੋ ਕੇ ਉਸ ਮੋਸ਼ਨ ਵੀ ਅੱਗੇ ਲੈ ਕੇ ਆਈਏ, ਉਹਦੇ ਨਾਲ ਵੀ ਅਸੀਂ ਖੜੀ ਹੈ। ਨਾਲੇ ਤੁਹਾਨੂੰ ਹੁਣ ਇਸ ਮੋਸ਼ਨ ਤੋਂ ਬਾਅਦ ਤੁਸੀਂ ਕੀ ਚਾਹੁੰਦੇ ਆ ਕੀ ਹੋਵੇ? ਹੁਣ ਪਹਿਲਾ ਕੰਮ ਹੈਗਾ ਇਹ ਅਵੇਅਰਨੈਸ ਅਸੀਂ ਨਾ ਸਪਰੈਡ ਕਰਨੀ ਹੈਗੀ। ਹੁਣ 40 ਸਾਲ ਇਸ ਗੱਲ ਨੂੰ ਹੋ ਗਏ ਆ, ਅਤੇ ਜਿਹੜਾ ਜ਼ੁਲਮ ਹੋਇਆ ਸੀ ਅਸੀਂ ਹੁਣ ਸਾਰਿਆਂ 'ਚ ਪਹਿਲਾਂ ਸਪਰੈਡ ਕਰਨਾ ਹੈਗਾ, ਅਸੀਂ ਸਾਰਿਆਂ ਨੂੰ ਦੱਸਣਾ ਹੈਗਾ ਜਿਹੜੀ ਸਾਡੀ ਸਿੱਖ ਕਮਿਊਨਿਟੀ ਇੱਥੇ ਹੈਗੀ ਉਹਨਾਂ ਦੇ ਨਾਲ ਵਰਕ ਕਰਕੇ ਸਾਰਿਆਂ ਨੇ ਐਜੂਕੇਟ ਕਰਨਾ ਹੈਗਾ ਵਾ ਇਹ ਕੰਮ ਹੋਇਆ ਸੀ 1984 ਵਿੱਚ, ਜਾਂ ਉਹਦੀ ਵਜ੍ਹਾ 'ਤੇ ਅਸੀਂ ਹੁਣ ਸਾਨੂੰ ਇਨਸਾਫ ਚਾਹੀਦਾ ਹੈਗਾ, ਅੱਜ ਤੱਕ ਇਨਸਾਫ ਮਿਲਿਆ ਨਹੀਂ। ਠੀਕ ਆ, ਜਿਹੜੀ ਸਾਡੀ ਯੰਗ ਜਨਰੇਸ਼ਨ ਹੈਗੀ ਉਹ ਐਜੂਕੇਟਡ ਹੈਗੀ, ਪਰ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ। ਹੁਣ ਜਿੱਥੇ ਵੀ ਦੁਨੀਆ 'ਚ ਕਿਰੇ ਇਹ ਜ਼ੁਲਮ ਹੁੰਦਾ ਅਸੀਂ ਆਵਾਜ਼ ਉਠਾਉਂਦੇ ਹਾਂ, ਇਹ ਹੋ ਗਿਆ ਕਸ਼ਮੀਰ ਦੀ ਗੱਲ ਜਾਂ ਫਲਸਤੀਨ ਦੀ ਗੱਲ, ਜਿਹੜਾ ਵੀ ਜ਼ੁਲਮ ਹੈ ਉੱਥੇ ਆਵਾਜ਼ ਉਠਾਉਣਾ ਚਾਹੀਦਾ ਹੈਗਾ। ਅਤੇ ਅਸੀਂ ਸੋਚਦੇ ਹੈਗੇ ਜਿਹੜਾ 1984 'ਚ ਹੋਇਆ ਸੀ ਇਹ ਵੀ ਉਹੀ ਜੈਨੋਸਾਈਡ ਆ, ਉੱਥੇ ਵੀ ਉਹੀ ਲੈਵਲ ਆਫ ਰਿਸਪੈਕਟ ਦਿੱਤਾ ਜਾਣਾ ਚਾਹੀਦਾ, ਅਤੇ ਉਹੀ ਬੰਦਿਆਂ ਨੂੰ ਫੀਲ ਹੋਣਾ ਚਾਹੀਦਾ, ਦੇਖਣ ਸਪੀਕ ਅਬਾਊਟ ਇਟ। ਪਹਿਲੇ ਤਾਂ ਬੰਦੇ ਡਾੜੇ 'ਚ ਹੁੰਦੇ ਸੀ ਇਹਦੇ ਬਾਰੇ ਗੱਲ ਹੀ ਨਾ ਕਰੋ, ਹੁਣ ਕਈ ਬੰਦੇ ਇਹ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹ ਰਹੇ, ਬਈ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਸਾਡੇ ਸਿੱਖਾਂ ਭੈਣਾਂ ਭਰਾਵਾਂ ਜੋ ਕੁਝ ਹੋਇਆ ਸੀ ਅਸੀਂ ਕਿੱਦਾਂ ਭੁੱਲ ਸਕਦੇ ਹਾਂ? ਸਾਡੇ ਕੋਲ ਹੁਣ ਦੇਖੋ ਇਸ ਮੁਲਕ ਜਾ ਕੇ ਅਸੀਂ ਤਰੱਕੀ ਤਾਂ ਕਰ ਲਈ, ਹੁਣ ਅਸੀਂ ਐਮ ਪੀ ਬਣ ਗਏ, ਕੌਂਸਲਰ ਬਣ ਗਏ, ਪਰ ਫਾਇਦਾ ਕੀ ਹੋਇਆ ਜੇ ਅਗਰ ਅਸੀਂ ਆਪਣਾ ਜਿਹੜੀ ਬੇਸਿਕ ਚੀਜ਼ ਹੈ ਆਪਣੇ ਲੋਕਲ ਬੰਦਿਆਂ ਦੀ ਆਵਾਜ਼ ਨਹੀਂ ਉਠਾ ਸਕਦੀ? ਤਾਂ ਸਬੀਨਾ, ਤੁਸੀਂ ਇਸ ਗੱਲ 'ਤੇ ਥੋੜ੍ਹਾ ਤੁਸੀਂ ਹੈ ਨਾ ਕਲੈਰਿਟੀ ਦਿਓ, ਕਿਹੜਾ ਆਹ ਮਸਲਾ ਤੁਸੀਂ ਚੁੱਕਿਆ ਆ, ਇਹ 'ਤੇ ਤੁਹਾਨੂੰ ਕਿੰਨੀ ਕੁ ਸਪੋਰਟ ਮਿਲੀ ਆ ਲੋਕਲ ਕਮਿਊਨਿਟੀ ਤੋਂ? ਕਾਫੀ ਕੁਛ ਸਪੋਰਟ ਮਿਲੀ ਆ, ਕੁਛ ਓਬਵੀਅਸਲੀ ਉਹ ਵੀ ਬੰਦੇ ਆ ਜਿਹਨੇ ਕਹਿੰਦੇ ਕਿ ਵਾਪਸ ਲੈ ਲਵੋ ਇਹ ਮੁੱਦੇ ਦਾ ਤੁਸੀਂ ਚੁੱਕਿਆ ਕਿਉਂ ਆ, ਤੁਸੀਂ ਪਹਿਲੀ ਗੱਲ ਸਾਨੂੰ ਕਹਿੰਦੇ ਕਿ ਤੁਸੀਂ ਮੁਸਲਮਾਨ ਹੋ ਕੇ ਤੁਸੀਂ ਕਿਉਂ ਸਾਡਾ ਇਹ ਸਾਡਾ ਮੁੱਦਾ ਵਾ ਤਾਂ ਤੁਸੀਂ ਕਿਉਂ ਚੁੱਕਿਆ? ਗੱਲ ਐਂ ਆ ਕਿ ਹੁਣ ਅਸੀਂ ਪਹਿਲੇ ਵੀ ਮੈਂ ਅਤੇ ਵਿਕਾਸ ਨੇ ਦੋਨੋਂ ਪਹਿਲੇ ਸੀਜ਼ਫਾਇਰ ਦੇ ਮੋਸ਼ਨ ਗਾਜ਼ਾ ਦੇ ਵੀ ਅਸੀਂ ਕੀਤਾ, ਕੁਛ ਸਾਲ ਪਹਿਲੇ ਅਸੀਂ ਕਸ਼ਮੀਰ ਦੇ ਬਾਰੇ 'ਚ ਕੀਤਾ, ਤਾਂ ਹੁਣ ਇਸ ਦਫ਼ਾ ਅਸੀਂ ਆਪਣੇ ਸਿੱਖ ਭੈਣ ਭਰਾਵਾਂ ਦੇ ਕਰਨਾ ਚਾਹੁੰਦੇ ਹਾਂ, ਕਿਉਂਕਿ ਇੱਕ ਜ਼ਰੂਰਤ ਆ, ਇੱਕ ਗੱਲ ਇਹ ਆ ਕਿ ਸਾਡੀ ਲੋਕਲ ਸੇਫਟੀ ਦਾ, ਦੂਸਰੀ ਗੱਲ ਇਹ ਆ ਕਿ ਅਸੀਂ ਲੇਬਰ ਪਾਰਟੀ ਦੇ ਮੈਂਬਰ ਸੀਗੇ, ਅਸੀਂ ਮੋਰਲ ਸਟੈਂਡਿੰਗ ਪਰ ਅਸੀਂ ਕਿਉਂ ਸੀ ਉੱਥੇ? ਹੁਣ ਵੀ ਅਸੀਂ ਕੋਈ ਅਸੀਂ ਓਬਵੀਅਸਲੀ ਕੁਛ ਪ੍ਰੋਬਲਮ ਸੀਗੇ ਲੇਬਰ ਪਾਰਟੀ ਦੇ ਨਾਲ ਤਾਂ ਅਸੀਂ ਛੱਡਿਆ ਆ, ਲੇਕਿਨ ਸਾਡੇ ਮੋਰਲ ਵੈਲਿਊਜ਼ ਤਾਂ ਨਹੀਂ ਚੱਲੇ ਗਏ। ਅਸੀਂ ਇਹ ਕਹਿੰਦੇ ਹਾਂ ਕਿ ਐਵਰੀਬਡੀ ਡਿਜ਼ਰਵਸ ਦ ਸੇਮ ਰਾਈਟ ਐਂਡ ਦਾ ਅਸੀਂ ਇਕੱਠੇ ਹੋਵਾਂਗੇ, ਅਸੀਂ ਓਬਵੀਅਸਲੀ ਇੱਕ ਫੋਰ ਦ ਮੈਨੀ ਐਂਡ ਨੋਟ ਦ ਫਿਊ। ਕਿਹੜਾ ਤੁਹਾਡਾ ਸੁਨੇਹਾ ਸਾਰੀ ਕਮਿਊਨਿਟੀ ਵਾਸਤੇ, ਸਲਾਹ ਦੀ ਕਮਿਊਨਿਟੀ ਹੋਵੇ ਸਾਰੀ ਕਿੰਨੀ ਵੀ ਹੈਗੀ ਆ, ਅਤੇ ਕਮਿਊਨਿਟੀ ਪਾਕਿਸਤਾਨੀ ਸਿੱਖ ਕਿੰਨੀ ਵੀ ਹੈਗੇ ਸਾਡੀ ਕਮਿਊਨਿਟੀ ਦੇ ਮੈਂਬਰ, ਇਹ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮੋਸ਼ਨ ਵਾਸਤੇ ਕਾਹਤੇ ਜੁੜਨਾ ਚਾਹੀਦਾ ਆ? ਸੋ ਸਾਡਾ ਇਹ ਹੁਣ ਮਜ਼ਮੀ ਤੌਰ 'ਤੇ ਨਹੀਂ, ਪਹਿਲੀ ਗੱਲ ਆਇਆ ਜੀ, ਅਸੀਂ ਇਹਦਾ ਕੋਈ ਪੋਲੀਟਿਕਸ ਖੇਲਣ ਵਾਸਤੇ ਨਹੀਂ ਸੀ ਕੀਤਾ ਜਾਂ ਦਰਾਰ ਪੈਦਾ ਕਰਨ ਵਾਸਤੇ ਕਿ ਕਮਿਊਨਿਟੀ ਵਿੱਚ ਲੋਕ ਯੂ ਨੋ
ਇੱਕ ਇਖਤਲਾਫ ਪੈਦਾ ਹੋਣ। ਅਸੀਂ ਇਸੇ ਵਾਸਤੇ ਕੀਤਾ ਕਿ ਜਿਹੜੇ ਬੰਦੇ ਸਾਡੇ ਕੋਲ ਆਏ ਹਨ ਅਸੀਂ ਉਹੀ ਭਾਈਚਾਰਾ ਚਾਹੁੰਦੇ ਹਾਂ ਕਿ ਉਹਨਾਂ ਨੇ ਜਿਹੜਾ ਕਈ ਲੋਕਾਂ ਸਾਡੀਆਂ ਫੈਮਿਲੀਆਂ ਹਨ ਜਿਹਦੇ ਵਿੱਚ ਲੋਕ ਮਾਰੇ ਗਏ ਸਨ, ਤਾਂ ਉਹਨਾਂ ਨੂੰ ਅੱਜ ਤੱਕ ਉਹਨਾਂ ਅਸੀਂ ਆਵਾਜ਼ ਬਣਾਉਣੀ, ਠੀਕ ਹੈ। ਦੂਸਰੀ ਗੱਲ ਇਹ ਹੈ ਕਿ ਹੁਣ ਨਾਓ ਵਟ ਵੀ ਡੂ ਹਿਊਮਨ ਰਾਈਟਸ ਦੇ ਇਸ਼ੂ ਜਿਹੜੇ ਹੁਣ ਹੈ, ਜਿਹੜੇ ਫਰੀਡਮਸ ਹੈ, ਜਿਹੜਾ ਹੁਣ ਬੰਦਾ ਇਸ ਮੁਲਕ 'ਚ ਰਹਿ ਕੇ ਅਗਰ ਫਰੀ ਨਹੀਂ ਹੋ ਸਕਦਾ ਆਪਣੀ ਆਪਣੇ ਮੁੱਦੇ ਦੀ ਗੱਲ ਕਰ ਸਕਦਾ, ਜਿਸ ਤਰ੍ਹਾਂ ਹੁਣ ਜਿਹੜੇ ਦੋ ਹੁਣ ਬੰਦੇ ਸਾਡੇ ਇਸਲਾਮ ਦੇ ਵਿੱਚ ਹਨ, ਦੇ ਸ਼ੁੱਡ ਬੀ ਫਰੀ ਟੂ ਸਪੀਕ। ਐਂਡ ਅਸੀਂ ਸਿਰਫ ਇਹ ਹੀ ਕਰਨਾ ਚਾਹੁੰਦੇ ਹਾਂ। ਦੂਸਰੀ ਗੱਲ ਜਿਹੜੀ ਹੁਣ ਆਖਰੀ ਜਿਹੜਾ ਪੁਆਇੰਟ ਹੈ ਸਾਡੇ ਮੋਸ਼ਨ ਦੇ ਵਿੱਚ ਜੱਗੀ ਦਾ, ਜੱਗੀ ਇਸ ਮੁਲਕ 'ਤੇ ਰਹਿਣ ਵਾਲਾ ਸੀ ਬੰਦਾ, ਉਹ ਤਾਂ ਚਲੋ ਉਹ ਵਿਚਾਰਾ ਗਿਆ ਸੀ ਸ਼ਾਦੀ ਕਾਰਨ, ਕੁਛ ਲੋਕ ਕਹਿੰਦੇ ਨੇ ਕਿ ਗਿਆ ਕਿਉਂ ਸੀ, ਲੇਕਿਨ ਕਿਉਂ ਨਾ ਜਾਵੇ, ਉਹਦਾ ਮੁਲਕ ਹੈ, ਜਾਣਾ ਚਾਹੀਦਾ ਆ। ਲੇਕਿਨ ਇਸ ਮੁਲਕ ਨੇ ਜਿਹੜੇ ਹੁਣ ਪ੍ਰੀਵੀਅਸ ਗਵਰਨਮੈਂਟ ਸੀ, ਅਸੀਂ ਉਹਨਾਂ ਤੱਕ ਅਸੀਂ ਕੁਛ ਨਾ ਕਹਿ ਸਕਦੇ, ਉਹ ਤਾਂ ਚਲੇ ਗਏ ਹੁਣ। ਹੁਣ ਇੱਕ ਸਾਨੂੰ ਇੱਕ ਨਵਾਂ ਮੌਕਾ ਮਿਲਿਆ, ਇੱਕ ਨਈ ਉਮੀਦ ਹੈ ਕਿ ਇੱਕ ਨਵੀਂ ਗਵਰਨਮੈਂਟ ਹੈ, ਉਹਨਾਂ ਨੂੰ ਅਸੀਂ ਕਹਾਂ ਅਸੀਂ ਆਪਣਾ ਜਿਤਨਾ ਵੀ ਅਸੀਂ ਜ਼ੋਰ ਲਾ ਸਕਾਂ। ਦੂਸਰੀ ਗੱਲ ਇਹ ਹੈ ਕਿ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਫਿਰ ਹੋਵੇਗਾ ਨਾ, ਇਫ ਵੀ ਆਲ ਬਿਹਾਈਂਡ ਵਨ ਕੋਜ਼, ਚਾਹੇ ਅਸੀਂ ਕੋਈ ਵੀ ਮਜ਼ਹਬ ਹੋਵੇ। ਐਂਡ ਇਹ ਹੁਣ ਅਸੀਂ ਕਿਹਾ ਹੈ ਨਾ ਕਿ ਹੁਣ ਆਈ ਥਿੰਕ 1 million ਪੀਪਲ ਕੁਛ ਹਫ਼ਤੇ ਪਹਿਲੇ ਜਿਹੜੇ ਹੁਣ ਹਰ ਹਫ਼ਤੇ ਲੰਡਨ ਜਾਂਦੇ ਹਨ ਫਲਸਤੀਨ ਵਾਸਤੇ ਬੋਲਦੇ ਹੈ, ਉਹਦੇ ਵਿੱਚ ਹਰ ਮਜ਼ਹਬ ਦੇ ਵਿੱਚ ਲੋਕ ਹਨ, ਕੁਛ ਲੋਕ ਕੋਈ ਮਜ਼ਹਬ ਨਹੀਂ ਮੰਨਦੇ, ਲੇਕਿਨ ਹਿਊਮਨ ਰਾਈਟਸ ਤਾਂ ਸਾਰੇ ਹਨ। ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੁਣ ਆਪਣੇ ਸਿੱਖ ਭਾਈਚਾਰੇ ਦੇ ਨਾਲ, ਕਮਿਊਨਿਟੀ ਦੇ ਨਾਲ, ਚਾਹੇ ਜੋ ਵੀ ਹੋਵੇ, ਜਿੱਥੇ ਇਨਸਾਫ਼ ਦੀ ਗੱਲ ਹੋਵੇ, ਅਸੀਂ ਨਾਲ ਓਬਵੀਅਸਲੀ ਆਪਣੀ ਆਵਾਜ਼ ਵੀ ਉਠਾਉਣ। ਐਂਡ ਜਿਹੜੀ ਹੁਣ ਜਿਹੜੀ ਸਾਡੀ ਜਿਹੜਾ ਹੁਣ ਅਹੁਦਾ ਹੈ ਕੌਂਸਲਰ ਦਾ, ਅਸੀਂ ਉਹਦੇ ਵਿੱਚ ਜਿਹੜਾ ਕੋਈ ਵੀ ਬੰਦਾ ਸਾਡੇ ਕੋਲ ਆਏ ਆਪਣਾ ਮੁੱਦਾ ਅਸੀਂ ਉਠਾਵਾਂਗੇ। ਐਂਡ ਇਹ ਹੁਣ ਸਾਡਾ ਪਹਿਲਾ ਓਬਵੀਅਸਲੀ ਮੋਸ਼ਨ ਹੈ, ਆਖਰੀ ਨਹੀਂ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਕੋਈ ਗੱਲ ਹੋਵੇ, ਅਸੀਂ ਚਾਹੇ ਮੋਸ਼ਨ ਦੇ ਹੋਵੇ ਜਾਂ ਕਿਸੇ ਹੋਰ ਦੀ ਅਵੇਅਰਨੈਸ, ਅਸੀਂ ਕਮਿਊਨਿਟੀ ਦੇ ਨਾਲ ਆਉਂ। ਥੈਂਕ ਯੂ ਵਿਕਾਸ ਐਂਡ ਸਬੀਨਾ, ਥੈਂਕ ਯੂ ਸਾਡੇ ਨਾਲ ਜੁੜਨ ਨੂੰ। ਐਂਡ ਕਿਸੇ ਨੂੰ ਵੀ ਲੋੜ ਹੈਗੀ ਆ ਕੋਂਟੈਕਟ ਕਰਨਾ, ਇਹ ਦੋਨਾਂ ਨਾਲ ਤੁਸੀਂ ਕਰ ਸਕਦੇ ਆ। ਕੋਈ ਵੀ ਤੁਹਾਡੇ ਕੋਲ ਸਵਾਲ ਹੋਣ ਤਾਂ ਕੋਈ ਸ਼ੰਕਾ ਹੋਵੇ ਕੋਈ ਗੱਲ 'ਤੇ, ਜ਼ਰੂਰ ਤੁਸੀਂ ਇਹਨਾਂ ਨੂੰ ਕੋਂਟੈਕਟ ਕਰੋ, ਨਾਲ ਇਹਨਾਂ ਤੁਸੀਂ ਗੱਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।